ਨਮਸਕਾਰ ਹਫਤੇ ਦੇ ਲੇਖੇ ਜੋਖੇ ਚ ਤੁੰਦਾ ਸਭਨੇ ਦਾ ਸਵਾਗਤ ਹੈ ਆਪ ਸਭਨੇ ਸ਼ਾ ਪਹਿਲੇ ਪਾਲ ਪਾਣੇ ਆ ਹਫਤੇ ਪਰ ਚ ਹੋਈ ਦੀ ਗਤੀਵਿਧੀਆਂ ਪਰ ਪ੍ਰੇਮਨਾਥ ਬਟ ਮੈਮੋਰੀਅਲ ਟਰਸਟ ਬਖਿਆ ਮੰਦਿਰ ਦੇ ਸੰਰਖਣ ਦੀ ਲਈ ਹੈ ਪ੍ਰੈਸ ਕਾਨਫਰੰਸ ਕੀ ਸੋਮਵਾਰ ਹੈ ਸੰਬੋਧਿਤ ਕੀਤਾ ਗਿਆ ਉਹਨੇ ਆਖਿਆ ਜੇ ਕਸ਼ਮੀਰ ਚ ਸਾਡੀ ਦਰੋਹਰ ਸਾਡੇ ਮੰਦਿਰਾਂ ਦੀ ਬਚਾਣਾ ਲੋੜ ਚਦਾ ਅਫਕਾਫ ਤੇ ਗੁਰਦੁਆਰਾ ਐਕਟ ਅੰਗਰ ਸਾਡੇ ਮੰਦਿਰਾਂ ਦੀ ਸੰਰਖਣ ਦੇਣਾ ਲੋੜ ਚਦਾ कोई भी धर्मस्थल सुरक्षित नहीं है हर जगह पर आगात हो रहा है और हमारी जो आस्था है उसके एक एक चिन्ह को आहिस्ता आहिस्ता मिटाया जा रहा है ये सबसे बड़ी बदकस्मती है और बदकस्मती इस वजह से और भी है कि आज गवर्नर का शासन है और उसके चलते भी न हमारी बात का कोई प्रावधान किया जा रहा है पीपल्स कॉन्फ्रेंस ਦੇ ਚੇਅਰਮੈਨ ਸਜਾਦ ਗੱਨੀ ਲੋਨੋ ਰਹੇ نیشنل ਕਾਨਫਰੰਸ ਦੇ ਅਧਿਖਸ਼ ਤੇ ਪੀਪਲਸ ਅਲਾਈਅੰਸ ਫਾਰ ਗੁਪਕਾਰ ਡੈਕਲੇਰੇਸ਼ਨ ਦੇ ਚੇਅਰਮੈਨ ਡਾਕਟਰ ਫਾਰੂਕ ਅਬਦੁੱਲਾ ਰੇਂਗੀ ਰਾਜਨੀਤੀ ਤੋਂ ਹਮ ਸਨਿਆਸ ਲੈਣ ਦੀ ਸਲਾਹ ਦਿੱਤੀ। ਉਹਨੇ ਆਖਿਆ ਜੇਕਰ ਡਾਕਟਰ ਫਾਰੂਕ ਅਬਦੁੱਲਾ ਇਹ ਮੰਨਦੇ ਨੇ ਕਿ ਕਸ਼ਮੀਰ 'ਚ ਨਵੇਂ ਰਾਜਨੀਤਿਕ ਦਲ ਦੇ ਗਠਨ ਮੁਸਲਿਮ ਵੋਟੇ ਦੇ ਵਿਵਾਚਨ ਦਾ ਕਾਰਨ ਬਣ ਸਕਦਾ ਹੈ ਤੇ ਉਹਨੇ ਚਾਹਿਆ ਦਾ ਜੀ ਉਹ ਸਿਆਸਤ ਛੋੜੀ ਓੜਨ ਤੇ ਸਾਡਾ ਸਮਰਥਨ ਕਰਨ। ਆਸੁੰਦਾ ਸਮਰਥਨ ਲੈਣ ਲਈ ਤਿਆਰ। ਉਲੈਖਨੀ ਹੈ ਜੇ ਸ਼੍ਰੀਨਗਰ ਵਿੱਚ ਸ਼ਨੀਵਾਰ ਨੂੰ ਡਾਕਟਰ ਫਾਰੂਕ ਅਬਦੁੱਲਾਹ ਨੇ ਇੱਕ ਬਿਆਨ ਚ ਦਾਵਾ ਕੀਤਾ ਹ ਜੇ ਕਸ਼ਮੀਰ ਚ ਮੁਸਲਮਾਨ ਦੇ ਵੋਟ ਵਕ ਵਕ ਦਲੇ ਚ ਵੰਡੇ ਜਾਣ ਦੀ ਸਾਜ਼ਿਸ਼ ਹੋਰਦੀ ਹੈ ਸ਼ੀਨਗਰ ਚ ਪੀਪਲਸ ਕਾਨਫਰੰਸ ਮੁਖਿਆਲੇ ਚ ਪੀਪਲਸ ਡੈਮੋਕ੍ਰੈਟਿਕ ਪਾਰਟੀ ਦੇ ਪੂਰਵ ਮਹਾਸਚਿਵ ਨਿਜ਼ਾਮੁਦੀਨ ਬਾਟੁੰਦੇ ਪੀਪਲ ਕਾਨਫਰੰਸ ਚ ਸ਼ਾਮਿਲ ਹੋਣ ਦੇ ਮੌਕੇ ਉਪਰ ਪੱਤਰਕਾਰਾਂ ਨੇ ਗੱਲ ਕੱਟ ਕਰਦੇ ਹੋਈ ਸਜਾਦ ਗਨੀ ਲੋਨੋ ਨੇ ਆਖਿਆ ਜੇਕਰ ਡਾਕਟਰ ਫਾਰੂਕ ਅਬਦੁੱਲਾਹ ਰੇਗੀ ਇਹ ਲੱਗਦਾ ਹੈ ਜੇ ਮੁਸਲਮ ਵੋਟ ਵਡੋਈ ਜਾਗਨ ਤੇ ਉਹਨੇ ਆਪਣੀ ਪਾਰਟੀ ਲਈ ਚੋਣ ਨਹੀਂ ਲੜਨਾ ਚਾਹੀਦਾ ਬਲਕਿ ਮੁਸਲਮਨ ਵੋਟ ਇੱਕ ਪਾਰਟੀ ਲਈ ਜਮਾ ਰੱਖਣ ਲਈ ਸਾੜਾ ਸਮਰਥਨ ਕਰਨਾ ਚਾਹੀਦਾ ਡਾਕਟਰ ਤੀਰ ਸਿੰਘ ਸਰਪੰਚ ਹੋਜਕ ਪੋਂਗਲ ਪਰਿਸਥਾਨ ਰਾਮਬੰਨੂ ਦੀ ਅਗਵਾਈ ਚ ਬੀਡੀਸੀ ਮੈਂਬਰਸ ਦਾ ਇੱਕ ਡੈਪੂਟੇਸ਼ਨ ਸੀਨੀਅਰ ਲੀਡਰ ਭਾਜਪੀ ਰਾਜੀਵ ਚਾੜਕੋਰੇ ਨੂੰ ਮਿਲਿਆ ਤੇ ਉਹਨੇ ਕੀ ਆਪਣੀ ਸਮੱਸਿਆਏ ਕਨੇ ਅਬਗਤ ਕਰਵਾਇਆ ਚਾੜਕੋਰੇ ਉੰਦੀ ਸਮੱਸਿਆ ਸੁਣੀ ਤੇ ਤੋਲੇਗੇ ਉੰਦੀ ਸਮੱਸਿਆਏਂਗੀ ਆਨਨੇਬਲ ਪੀਐਮਓ ਡਾਕਟਰ ਜਤਿੰਦਰ ਸਿੰਘੋਰੇ तोड़ी जाने की गल आखी तो उन्हें आख्या जे उनकी समस्याएं पीएमओ डॉक्टर जितेंद्र सिंह तौले पजाया जा, ते तोले ग कोशिश की जा जे जेड़ी भी समस्याएं उन्हें भी हल किया जा माननीय डॉक्टर जितेंद्र सिंह जी से भी बात हुई थी उन्होंने आश्वस्त किया है कि अतिशीघ्र ये बी डी सी का जो म, मसला है उसको हल किया जाएगा ये केंद्र सरकार के संज्ञान में है मुझे लगता है कि अतिशीघ्र इनका जो बी का मसला है वो हल हो जाएगा और इनको एक बहुत बड़ी मुबारक आने वाले दिनों में मिलने वाली है कई लोग जो बीच में हैं वो इस तरह का फितना डालते हैं लोगों को मिसगाइड करते हैं कि सरकार आपकी बात नहीं सुन रही सरकार ने ये नहीं किया वो नहीं किया तो उससे इन लोगों में थोड़ा रोष व्याप्त होता है आज इनका डेपूटेशन मिला मैंने भी इनको बताया है और थोड़ी देर बाद मैं डॉक्टर जितेंद्र सिंह जी से भी बात करूँगा ਤਾਂ ਕਿ ਅਤੀਸ਼ੇਗਰ ਇਨਕਾ ਮਸਲਾ ਜੋ ਹੈ ਆਲ ਚੈਨ ਦੇ ਰਿਟਾਇਰਡ ਪੁਲਿਸ ਐਨਜੀਓ ਤੇ ଓਆਰਐਸ ਵੈਲਫੇਅਰ ਫੋਰਮ ਬਖਿਆ ਮੰਗਲਵਾਰੇ ਪ੍ਰੈਸ ਕਲੱਬ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ ਉਹਨੇ ਆਖਿਆ ਜੇ ਉੰਦੇ ਪੇ ਅਨੋਮਲੀ ਦੇ ਮਸਲੇ 기 ਲਈ ਉਹਨੇ ਕਈ ਵਾਰ ਸਰਕਾਰ ਦੇ ਸਾਹਮਣੇ ਆਪਣੀ ਸਮੱਸਿਆ 기 ਰੱਖਿਆ ਪਰ ਸਰਕਾਰ ਬਖਿਆ ਆਸ਼ਵਾਸਨ ਦੇ ਸਵਾਹ ਕਿਛ ਨਹੀਂ ਮਿਲਿਆ ਉਹਨੇ ਆਖਿਆ ਜੇ ਉਹ ਸਰਕਾਰ ਕਨੇ ਮੰਗ ਕਰ ਦੇ ਨੇ ਜੋ ਤੂਲੇ ਸਾ ਤੂਲੇ ਉੰਦੀ ਸਮੱਸਿਆ ਦਾ ਸਮਾਧਾਨ ਕੀਤਾ ਜਾਏ ਜਾਏ ਤਾਂ ਕਿ ਉਹ ਚੈਨ ਦਾ ਸਾ ਲੈ ਸਕਣ एस एस पी साहबान हैं एस एच ओ हैं उनको इसका सबक लेना चाहिए और उनसे दरख्वास्त है कि आप भी इसी तरह हमारे जो पुलिस वाले हैं उनको लास्ट राइट ਮੈ ਗਾਰਡ ਆਫ ਅਰਡਾ ਟ੍ਰੈਫਿਕ ਕਰਮੀ ਤੇ ਆਪਣਾ ਕੰਮ ਵੜਾ ਕੇ ਮੁਸਤੈਦੀ ਕਰਨੇ ਕਰਦੇ ਨੇ ਅਰ ਵੇਲੇ ਡਿਊਟੀ ਉਪਰ ਤਨਾਤ ਰਹੁੰਦੇ ਨੇ ਪਰ ਕਦੇ-ਕਦੇ ਚਾਲਕ ਇਹ ਗਲਤੀ ਕਰੀ ਬੈਠਦੇ ਨੇ ਜਿਹਦੇ ਕਨੇ ਵੱਡੇ-ਵੱਡੇ ਸੜਕ ਆਸੇ ਹੋਈ ਜਾਂਦੇ ਨੇ ਵਿਕਰਮ ਚੌਕ ਚ ਮੰਗਲਵਾਰੇ ਇਹੋ ਜਿਹਾ ਇੱਕ ਹਾਸਾ ਪੇਸ਼ ਆਇਆ ਜਿਹਦੇ ਚ ਵੈਨ ਤੇ ਮੋਟਰਸਾਈਕਲ ਵਿਚਕਾਰ ਇੱਕ ਟੱਕਰ ਹੋਈ ਗਈ ਪਰ ਗਨੀਮਤ ਇਹ ਰਹੀ ਜਿ ਕੁਸੇ ਦਾ ਜਾਨ ਦਾ ਕੋਈ ਨੁਕਸਾਨ ਨਹੀਂ ਹੋਇਆ एनएचएम एम्प्लाइज ने अपनी मंगे के लिए बुधवार प्रेस कॉन्फ्रेंस की संबोधित किया उन्हें आखिया जे कोरोना काल के दौरान उनकी सेवा लेती गई पर ਉਨ ਉਹਨੇ ਕੀ ਐਕਸਟੈਂਸ਼ਨ ਨਹੀਂ ਦਿੱਤੀ ਜਾ ਰਹੀ ਉਹਨੇ ਸਰਕਾਰ ਕਰਨੇ ਮੰਗ ਕਰਦੇ ਹੋਏ ਆਖਿਆ ਜੇ ਕੋਰੋਨਾ ਦੇ ਦੌਰਾਨ ਉਹਨੇ ਆਪਣੀ ਤੇ ਆਪਣੇ ਪਰਿਵਾਰ ਦੀ ਜਾਨ ਦੀ ਜੋਖਮ ਚਪਾਈ ਹੈ ਪੂਰੀ ਚਾਲੀ ਕਰਨੇ ਪੂਰੀ ਇਮਾਨਦਾਰੀ ਕਰਨੇ ਆਪਣੀ ਸੇਵਾ ਦਿੱਤੀਆਂ ਪਰ ਉਹਨ ਉਹਨੇ ਕੀ ਬਾਹਰ ਦਾ ਰਸਤਾ ਦੱਸਿਆ ਜਾ ਰਹਾ ਉਹਨੇ ਸਰਕਾਰ ਕਰਨੇ ਮੰਗ ਕਰਦੇ ਹੋਏ ਆਖਿਆ ਜੇ ਉਹਨੇ ਕੀ ਐਕਸਟੈਂਸ਼ਨ ਦਿੱਤੀ ਜਾ ਤਾਂ ਕਿ ਉਹ ਆਪਣੀ ਜੀਵਿਕਾ ਚਲਾਈ ਸਕਣ माता की जय करके वो लोग वहाँ से मतलब निकल गए तो सब खुश हो गए कि हमारे हक में फैसला हुआ है जैसे गवर्नर साहब वहाँ से चले गए बैठा हुआ था अगर आप लोगों ने वीडियो देखी होगी तो मैं उसी टाइम वहाँ पे प्रोटेस्ट पे बैठा क्योंकि मैं नाइट में था मैं चौबीस घंटे से अपने घर नहीं गया हुआ था तो दस बजे घर गया था मुझे साढ़े बजे फिर से वापस बुलाया गया मैं जैसे ही पहुंचा गवर्नर साहब ਸ਼੍ਰੀਨਗਰ ਦੇ ਡੌਨਟੋਨ ਇਲਾਕੇ 'ਚ ਅਤੰਗਵਾਦੀਆਂ ਵੀਰਵਾਰੇ ਵੱਲੋਂ ਦੋ ਨਾਗਰਿਕਾਂ ਦੀ ਗੋਲੀ ਮਾਰੀ ਹੈ ਅਤਿਆਕਰਯੋੜੀਓ ਦੋਨੋਂ ਇਦਗਾ ਹਾਇਰ ਸਕੈਂਡੀ ਸਕੂਲ ਦੇ ਸਿੱਖषक ਹੈ ਇਹ ਦੱਸਿਆ ਜਾਦਾ ਹੈ ਜੇ ਦੋਨੋਂ ਸਿੱਖषक ਸਕੂਲ ਖੋਲ੍ਹਣੇ ਗਏਤੇ ਆਏਦੇ ਹੈ ਪਰ ਉੱਥੇ ਪਹਿਲੇ ਥਾਂ ਬੈਠੇ ਦੇ ਨਾਕਾਬੂਸ਼ ਅਤੰਗਵਾਦੀਏ ਉਨੇ ਦੋਨਨੇ ਕੀ ਨਿਸ਼ਾਨਾ ਬਣਾ ਦੇ ਅੰਦਰੋਂ ਫਾਇਰਿੰਗ ਕੀਤੀ ਤੇ ਉਥੋਂ ਨਸਿਗੇ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਸ਼੍ਰੀਨਗਰ ਦੇ ਡੌਨਟੋਨ 'ਚ ਇਦਗਾ ਹਾਇਰ ਸਕੈਂਡੀ ਸਕੂਲ 'ਚ ਮਾਰੇ ਗਏ ਸਿੱਖषकਾਂ ਦੀ ਪਛਾਣ ਸਕੂਲ ਦੀ ਪ੍ਰਿੰਸੀਪਲ ਸਤਿੰਦਰ ਕੋਰ ਤੇ ਸਿੱਖषक ਦੀਪਕ ਉਹਨਾਂ ਦੇ ਰੂਪਾਂ ਚ ਹੋਈ ਹੈ ਇੱਕ ਘਟਨਾ ਕਰਨੇ ਇਹ ਸਾਫ਼ ਹੋ ਹੀ ਜਾਂਦਾ ਹੈ ਜੇ ਆਤੰਕਵਾਦੀ ਉਹਨਾਂ ਆਮ ਨਾਗਰਿਕਾਂ ਕੀ ਮਾਰੀ ਹੈ ਉੱਥੇ ਦਹਿਸ਼ਤ ਫਲਾਣੇ ਦਾ ਕੰਮ ਕਰਾਰ ਦੇਣ ਪਿਛਲੇ 32 ਬਰੇ ਥਵਾ ਕਸ਼ਮੀਰ ਚ ਰੁਆਰ ਦੇ ਕਸ਼ਮੀਰੀ ਪੰਡਿਤ ਐਮ ਐਲ ਬਿੰਦਰੂ ਉਹਦੀ ਆਤੰਕੀ ਬਖਿਆ ਗੋਲੀ ਮਾਰੀ ਹੱਤਿਆ ਕਰਨੇ ਦੇ ਵਿਰੋਧ ਚ ਕਸ਼ਮੀਰੀ ਪੰਡਿਤੇ ਬੁੱਧਵਾਰੇ ਪ੍ਰੈਸ ਕਲੱਬ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ ਉਹਨੇ ਆਖਿਆ ਜੇ ਕਸ਼ਮੀਰ ਚ ਕਸ਼ਮੀਰੀਆਂ ਦੀ ਵਾਪਸੀ ਦੀ ਗੱਲ ਸਰਕਾਰ ਬਖਿਆ ਆਖੀ ਜਾ ਰਹੀ ਹੈ ਪਰ ਪਹਿਲੇ ਉੰਦੀ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਜਾਣ ਤੇ ਉਹਦੇ ਬਾਅਦ ਕਸ਼ਮੀਰੀ ਪੰਡਿਤਾਂ ਕੀ ਵਾਪਸ ਕਸ਼ਮੀਰ ਚ ਬਸਾਇਆ ਜਾਏ ਉਹਨੇ ਇਹਦਾ ਪੁਰਜ਼ੋਰ ਵਿਰੋਧ ਕੀਤਾ ਜੇ ਇਸ ਚਾਲੀ ਕਰਨੇ ਖੁੱਲੇ ਆਮ ਅਲਪ ਸੰਖੇਕ ਦੀ ਕਸ਼ਮੀਰ ਚ ਗੋਲੀਮਾਰੀ ਅਤਿਆਉ ਆ ਰਹੀ ਹੈ ਜੇ ਦਿਓ ਕੜੀ ਨਿੰਦਾ ਕਰਦੇ ਨਾ ਕੰਮ ਕਰ ਰਹੀ ਹੈ ਕੁਝ ਅਲਗਾਵਾਦ ਕੇ ਲੋਕ ਉਹਨਕੋ ਸਪੋਰਟ ਕਰ ਰਹੇ ਹੈ ਜਬ ਤੱਕ ਭਾਰਤ ਸਰਕਾਰ ऐसी ताकतों को रहेगा क्या हम बत्तीस साल के बाद घर जाने की चाहत नहीं रख सकते हैं इसे साफ जाहिर होता है कि वो नहीं चाहते हम वापस इसलिए हमारी मांग है जितनी भी माइनॉरिटी के लोग रह रहे हैं लेबर तबके के लोग बिहार से राजस्थान से यूपी से कश्मीर में आके उन लोगों की सेवा में लगे हैं हम उनके ऊपर भी ये मांग रखते हैं कि उनकी सिक्योरिटी का प्रबंध भारत मजबूती की पहचान एसीसी सीमेंट मेसर्स बिशनदास जसवाल एंड संस ऑथराइज्ड स्टॉकिस्ट एसीसी सीमेंट 45 ट्रांसपोर्ट नगर जम्मू पार्टी छोड़ने दी अटकले बिष्कार नेका दे संभागीय अध्यक्ष देवेंद्र सिंह राणा और बुधवार पार्टी अध्यक्ष डॉ फारूक अब्दुल्ला के उपाध्यक्ष उमर अब्दुल्ला ने मलाटी की थी सूत्र देस या लगभग दो घंटे तोड़ी चली दी बैठक जो बक बक मुद्दे कने पार्टी छोड़ने दी अटकले बिष्कार गलत बात हुई ते एदे ऊपर ਖਾਸ ਤੌਰ ਉੱਪਰ ਇਸ ਮੁੱਦੇ ਉੱਪਰ ਵੀ ਗੱਲ ਹੋਈ ਜਿਸ ਲਈ ਉਹ ਘਰਾਂ ਦੇ ਬਾਹਰ ਆਏ ਤੇ ਪੱਤਰਕਾਰਾਂ ਦੇ ਪੁੱਛਣੇ ਉੱਪਰ ਉਹਨੇ ਆਖਿਆ ਜੇ ਉਹਨ ਇਸ ਵੇਲੇ ਜਿਹੜੇ ਉਹ ਪੱਤਰਕਾਰਾਂ ਨੇ ਕਨੇ ਗੱਲ ਕਰਾਰ ਦੇਣ ਇਹ ਲਈ ਉਹ ਨਿੱਕਾ ਦਾਗੇ ਇਸਨ ਫਾਰੂਕ ਤੇ ਉਮਰ ਕਨੇ ਮਿਲਿਏ ਉਹਨੇ ਕੀ ਖੁਸ਼ੀ ਹੁੰਦੀ ਹੈ ਕੋਈ ਗੱਲ ਹੋਕ ਤੇ ਉਹ ਪੱਤਰਕਾਰਾਂ ਕਨੇ ਜ਼ਰੂਰ ਸਾਂਝਾ ਕਰਨ ਉਹਨੇ ਇਹ ਵੀ ਆਖਿਆ ਜੇ ਸ਼ੋਕ ਸੰਵੇਦਨਾ ਜਤਾਣੇ ਕੀ ਤੇ ਉਹ ਇੱਥੇ ਆਏ ਹੈ ਹਾਲਾਂਕਿ ਉਹਨੇ ਪਾਰਟੀ ਛੋੜਨੇ ਦੀ ਅਟਕਲੇਗੀ ਖਾਰਿਜ ਨੇ ਕੀਤਾ ਇਸ ਵਿੱਚ ਵਜ੍ਹਾ ਕਰਨੇ ਰਾਜਨੀਤਿਕ ਅਲਕੇਚ ਉਹਨ ਕ્યાਸ ਏਵੀ ਲਾਇਚਾਰ ਦੇਨ ਜੇ ਆਨੇ ਵਾਲੇ ਦਿਨੇ ਚ ਉਹ ਪਾਰਟੀ ਛੋੜੀ ਸਕਦੇ ਨਾ ਪੀਤਰਪਕਸ਼ ਦੀ ਸਮਾਪਤੀ ਦੇ ਬਾਅਦ ਵੀਰਵਾਰੇ ਬੜਲੇ ਮੰਦਿਰੇ ਦਾ ਸ਼ਹਿਰ ਜੰਮੂ ਮਾਤਾ ਦੀ ਭਗਤੀ ਚ ਡੁੱਬ ਗਿਆ ਸ਼ਰਦਿਏ ਨਵਰਾਤਰੀ ਦਾ ਜੋਸ਼ ਤੇ ਉਤਸ਼ਾਹ ਨੇ ਇਸ ਦਿਨਾਂ ਦੀ ਸ਼ੁਰੂਆਤ ਹੋਈ ਮਾਤਾ ਦੇ ਪਹਿਲੇ ਸਰੂਪ ਸ਼ੈਲ ਪੁਤਰੀ ਦੀ ਪੂਜਾ ਕਿ ਲਈ ਹੈ ਬੜਲੇ ਥਵਾਗੇ ਮੰਦਿਰੇ ਚ ਸ਼ਰਦਾਲੂ ਦਾ ਤਾਂਤਾ ਦਿਖਣੇ ਲੱਗਿਆ ਅਰ ਬਖੀ ਮਾਤਾ ਦੀ ਜੈਕਾਰੇ ਤੇ ਭਜਨ ਗੂੰਜਾਰਦੇ ਹੈ ਸ਼ਹਿਰ ਦੇ ਨੇੜੇ ਕਸ਼ਤ ਤੇ ਪ੍ਰਮੁੱਖ ਮੰਤਰੀ ਨੇ ਚ ਮੱਥਾ ਟੇਕਿਆ ਲੋਕਾਂ ਨੇ ਮਾਤਾ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਜਮੁਖ ਸ਼ਿਆਦੇ 바ਵੇ ਆਲੀ ਮਾਤਾ ਦੇ ਮੰਦਿਰ ਤੇ ਕਟਰਾ ਚ ਚੀਰੇ ਰਾਤੀ ਥਵਾਂਗੇ ਸ਼ਰਦਾਲੂਆਂ ਦੀ ਲਾਈਨਾਂ ਲੱਗ ਚੁੱਕੀਆਂ ਦੀਆਂ ਹਨ ਨਵਰਾਤਰੀ ਸ਼ੁਰੂ ਹੁੰਦੇਗੇ ਇੱਕ ਅਧਿਆਤਮ ਦਾ ਮੋਲ ਦਿਖਣੇ ਹੀ ਲੱਗਦਾ ਬੜਲੇ ਥਵਾਂਗੇ ਲੋਕ ਜਲ ਸਰੋਤਾਂ ਉੱਪਰ ਪੁੱਜੇ ਤੇ ਸਾਖ ਲਾਣੇ ਲਈ ਤਾਜ਼ਾ ਪਾਣੀ ਪੱਤੇ ਰੇਤ ਲਈ ਪੂਰੀ ਸ਼ਰਧਾ ਤੇ ਆਸਥਾ ਕਰਨੇ ਕਰੇ ਚ ਪੂਜੇ ਤੇ ਪੂਜਾ ਅਰਚਨਾ ਕਰਨੇ ਕਲਸ਼ ਸਥਾਪਿਤ ਕਰੀ ਸਾਖ ਲਾਈ ਨਵਰਾਤਰੀ ਦੇ ਪਹਿਲੇ ਦਿਨ ਮਾਂ ਸ਼ੈਲ ਪੁਤਰੀ ਦੀ ਪੂਜਾ ਕੀਤੀ ਜਾਂਦੀ ਹੈ ਅਰ ਬਖੀ ਆਸਥਾ ਤੇ ਸ਼ਰਧਾ ਦਾ ਅਨੂਠਾ ਸੇਲਾਬ ਦਿਖਣੇ ਲੱਗਿਆ ਮੰਦਿਰੇ ਜੋ ਬੜਲੇ ਥਾਂਗੇ ਸ਼ਰਧਾਲੂਆਂ ਦਾ ਤਾਂਤਾ ਲੱਗੇ ਰਹਾ ਹਾਲਾ ਕਿ ਮੰਦਿਰ ਪ੍ਰਬੰਧਨ ਤੇ ਸੇਵਾ ਕਮੇਟੀ ਦੀ ਬਖਿਆ ਕੋਰੋਨਾ ਸਾਵਧਾਨੀਆਂ ਦਾ ਵੀ ਪੂਰੀ ਚਾਲੀ ਕਰਨੇ ਪਾਲਨ ਕੀਤਾ ਗਿਆ ਪਾਰਟੀ ਬਖਿਆ ਆਈ ਲੈਵਲ ਨੈਸ਼ਨਲ ਐਗਜ਼ੀਕਿਊਟਿਵ ਕਮੇਟੀ ਗੀਤੇ ਬੀਜੇਪੀ ਨੈਸ਼ਨਲ ਪ੍ਰੈਜ਼ੀਡੈਂਟ ਸ਼੍ਰੀ ਜੇਪੀ ਨੱਡਾ ਅਰੇ 올 ਇੰਡੀਆ ਬੇਸਿਸ ਉੱਪਰ 80 ਮੈਂਬਰਾਂ ਦੀ ਇਹਦੇ ਲਈ ਨਿਯੁਕਤ ਕੀਤਾ ਜਿਹਦੇ ਚ ਮਾਨੀਏ ਸ਼੍ਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਵੀ ਸ਼ਾਮਿਲ ਹੋਣਗੇ ਤੇ ਇਹਦੇ ਇਲਾਵਾ ਸਾਡੇ ਲਈ ਬੜੀ ਗੀ ਖੁਸ਼ੀ ਦੀ ਗੱਲ ਹੈ ਜੇ ਜੰਮੂ ਕਸ਼ਮੀਰ ਥਾਂ ਧੋ ਮੈਂਬਰਾਂ ਦੀ ਇਹਦੇ ਲਈ ਅਪਾਇੰਟ ਕੀਤਾ ਗਿਆ ਜਿਹਦੇ ਚ ਡਾਕਟਰ ਜਤਿੰਦਰ ਸਿੰਘ ਤੇ ਡਾਕਟਰ ਦਰਕਸ਼ਾ ਅੰਦਰਾਵੀ ਦਾ ਨਾਮ ਸ਼ਾਮਿਲ ਹੈ ਟੀਚਰ ਫੋਰਮ ਪਰਗਵਾਲ 메ਨ ਚੌਕ ਸਾਹਿਬ ਇਕਾਈ ਬਖਿਆ ਸ਼ਨੀਵਾਰੇ 메ਨ ਚੌਕ ਪਰਗਵਾਲ ਚ ਕੈਂਡਲ ਮਾਰਚ ਕੱਢਿਆ ਕਸ਼ਮੀਰ ਕਾ ਟੀਚ ਆਤੰਗਵਾਦੀਆਂ ਪਾਸਿਆ ਸ਼ਹੀਦ ਕੀਤੇ ਗਏ ਦੇ ਅਧਿਆਪਕਾਂ ਦੀ ਸ਼ਰਧਾਂਜਲੀ ਅਰਪਿਤ ਕੀਤੀ ਗਈ। ਇਹਦੇ ਅੰਦਰਗੱਠ ਟੀਚਰ ਐਕਸ਼ਨ ਕਮੇਟੀ ਦੇ ਵਾਈਸ ਪ੍ਰੈਜ਼ੀਡੈਂਟ ਸੁਰਜੀਤ ਸਿੰਘ ਉੰਦੇ ਨੇਤ੍ਰਤਵ ਚ ਪਰਗਵਾਲ ਚ ਕੈਂਡਲ ਮਾਰਚ ਕੱਢਿਆ ਗਿਆ ਇਸ ਮੌਕੇ ਉਪਰ ਫੋਰਮ ਦੇ ਸਦਸਿਆ ਕਸ਼ਮੀਰ ਕਾ ਟੀਚ ਆਤੰਗਵਾਦੀਆਂ ਪਾਸਿਆ ਸਕੂਲ ਦੀ ਪ੍ਰਿੰਸੀਪਲ ਸੁਪਿੰਦਰ ਕੋਰ ਤੇ ਦੀਪਕ ਉੰਦੇ ਪ੍ਰਮਾਨ ਪੱਤਰ ਦਿਖਿਐ। ਉਨੇ ਕੀ ਨਿਸ਼ਾਨਾ ਬਣਾਇਆ ਜਿਹਦੇ ਲਈ ਉੰਦੀ ਫੋਰਮ ਬਖੀਆ ਇਸ ਗੱਲ ਦੀ ਕੜੀ ਨਿੰਦਾ ਕੀਤੀ ਗਈ ਤੇ ਇਹ ਮੰਗ ਕੀਤੀ ਗਈ ਜੇ ਕਸ਼ਮੀਰ ਚ ਆਪਣੀ ਸੇਵਾ ਦਿਾਰ ਦੇ ਕਰਮਚਾਰੀ ਗੀ ਸੁਰੱਖਿਆ ਪ੍ਰਦਾਨ ਕੀਤੀ ਜਾਣੀ ਲੋਰਛਦੀ ਉਹਨੇ ਮੰਗ ਕਰਦਿਓ ਯਾ ਕਿ ਆ ਜਿਹੜੇ ਅਧਿਆਪਕ ਇਸ ਘਟਨਾ ਚ ਸ਼ੀਦ ਹੋਏ ਨਾ ਉੰਦੇ ਪਰਿਵਾਰ ਦੇ ਇੱਕ ਸਦਸੇ ਗੀ ਸਰਕਾਰੀ ਨੌਕਰੀ ਮਿਲਨੀ ਚਾਹੀਦੀ ਤੇ 1 ਕਰੋੜ ਦਾ ਮੁਆਵਜ਼ਾ ਦੇਣਾ ਚਾਹੀਦਾ ਉਹਨੇ ਇਹ ਵੀ ਆਖਿਆ ਜੀ ਮੁਸ਼ਕਿਲ ਹਾਲਾਤ ਵਿੱਚ ਕਰਮਚਾਰੀ ਆਪਣੀ ਸੇਵਾ ਦਿਾਰ ਦੇ ਪਰ ਆਤੰਗਵਾਦੀ ਉਨੇ ਕੀ ਨਿਸ਼ਾਨਾ ਬਣਾਨੇ ਥਾ ਬਾਸ਼ ਨਹੀਂ ਆਵਾਰਦੇ एल जी मनोज सिन्हा होंगे अपील करते हुए उन्हें आख्या आतंकवादियों पर कड़ी कार्रवाई होनी चाहिए इस मौके पर सुरजीत सिंह अंकुश सिंह महेंद्र प्रताप सिंह सरपंच पंडित स्वरूप राम स्वरूप शर्मा विवेक सिंह तो सुरेश शर्मा और खास तौर पर मौजूद है ਕਸ਼ਮੀਰ ਚ ਸਿਲੈਕਟਿਵ ਕਿਲਿੰਗ ਕਰਨੇ ਵਾਲੇ ਆਤੰਕੀਆਂ ਉੱਪਰ ਵੱਡੀ ਤੇ ਕੜੀ ਕਾਰਵਾਈ ਦੀ ਤਿਆਰੀ ਚਲਾ ਰਹੀ ਹੈ ਕੇਂਦਰੀ ਗ੍ਰਹਿ ਮੰਤਰਾਲੇ ਨੇ ਪ੍ਰਦੇਸ਼ ਸਰਕਾਰ ਦੀ ਇਸ ਨਵੀਂ ਚੁਣੌਤੀ ਥਵਾਂ ਨਿਪਟਣੇ ਉੱਪਰ ਚਰਚਾ ਕੀਤੀ ਸੂਤਰੀ ਦੱਸਿਆ ਜੇ ਸੁਰੱਖਿਆ ਏਜੰਸੀਆਂ ਤੇ ਖੁਰਫੀਆ ਏਜੰਸੀਆਂ ਬਖਿਆ ਕਸ਼ਮੀਰ ਚ ਸਕਰੀਅ ਆਤੰਕੀਆਂ ਦਾ ਬਿਊਰਾ ਮੰਗਿਆ ਗਿਆ ਇਹਨੇ ਆਤੰਕੀਆਂ ਦੀ ਮਦਦ ਕਰਨੇ ਵਾਲੇ ਦੀ ਦਰ ਪਕੜ ਵੀ ਹੋਗ ਕਸ਼ਮੀਰ ਚ ਮੌਜੂਦ ਕਿਸ ਆਤੰਕੀ ਯੁਵਾਵਾਂ ਦੀ ਪਹਿਲੇ ਸਿਲੈਕਟਿਵ ਕਿਲਿੰਗ ਕਰਵਾਈ ਹੈ ਤੇ ਬਾਅਦ ਉਹਨੇ ਕੀ ਆਪਣੇ ਸੰਗਠਨ ਚ ਸ਼ਾਮਿਲ ਕਰ ਦੇਣਾ ਗ੍ਰਾਮ ਮੰਤਰਾਲੇ ਆਤੰਕੀ ਦੀ ਇਸ ਨਵੀਂ ਚਾਲ ਦਾ ਤੋੜ ਕੱਢਣ ਲਈ ਮੰਥਨ ਕਰਾ ਦੇਣ ਦਰਸਲ ਦ ਰੈジਸਟੈਂਟ ਫਰੰਟ ਲਸ਼ਕਰ-ਏ-ਤਾਇਵਾ ਦਾ ਸੰਗਠਨ ਹੈ ਇਸ ਸੰਗਠਨ ਚ ਸਕਰੀਏ ਕਿਸ਼ ਆਤੰਕੀ ਯੁਵਾਇਆਂ ਨੂੰ ਆਪਣੇ ਕਰਨੇ ਜੋੜੀਏ ਉੰਦੇ ਥਾਂ ਕਿਲਿੰਗ ਕਰਵਾ ਦੇਣ ਯੁਵਾਇਆਂ ਕੀ ਟਾਰਗੇਟ ਦਿੱਤਾ ਜਾਂਦਾ ਜੇ ਉਹਨੇ ਆਪਣੀ ਪਿਸਟਲ ਦਾ ਆਪੂ ਇੰਤਜ਼ਾਮ ਕਰਨਾ ਹੈ ਇਹਦੇ ਲਈ ਉੰਦੇ ਅਕਾਊਂਟ ਚ ਪੈਸਾ ਟਰਾਂਸਫਰ ਕਰੀ ਦਿੱਤਾ ਜਾਂਦਾ ਹੈ ਆਜ਼ਾਦ ਕਿਸਾਨ ਮਜ਼ਦੂਰ ਪਾਰਟੀ ਵੱਕੀਆ ਪ੍ਰੈਸ ਕਲੱਬ ਦੇ ਬਾਹਰ ਅੱਜ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਉਹਦਾ ਆਖਣਾ ਇਹ ਹਾ ਜੇ ਲੋਕਲ ਲੋਕਾਂ ਦੀ ਲੋਕਲ ਮਜ਼ਦੂਰਾਂ ਦੀ ਕੰਮ ਨਹੀਂ ਦਿੱਤਾ ਜਾਂਦਾ ਬਲਕਿ ਬਾਹਰ ਥਾਂ ਮਜ਼ਦੂਰਾਂ ਗਿਆ ਨਹੀਂ ਯੂਪੀ ਬਾਹਰ ਥਾਂ ਬਾਹਰ ਦੇ ਮਜ਼ਦੂਰਾਂ ਗਿਆ ਨਹੀਂ ਲਗਾਤਾਰ ਕੰਮ ਦਿੱਤਾ ਜਾਂਦਾ ਹੈ। ਉਹਨੇ ਇਹ ਵੀ ਡਿਮਾਂਡ ਰੱਖੀ ਜੇ ਉਹਨੇ ਕੀ ਐਤਵਾਰ ਦੀ ਯਾਨੀ ਕਿ ਹਫਤੇ ਚ ਇੱਕ ਛੁੱਟੀ ਹੋਣੀ ਚਾਹੀਦੀ ਤੇ ਉਹਦੇ ਇਲਾਵਾ ਅਗਰ ਉਹਨੇ ਕੀ ਓਵਰਟਾਈਮ ਉਹਦੇ ਕੋਲੋਂ ਕੰਮ ਲਿਆਤਾ ਜਾਂਦਾ ਤੇ ਉਹਦੇ ਪੈਸੇ ਉਹਨੇ ਕੀ ਵਖਰੇ ਮਿਲਨੇ ਚਾਹੀਦੇ। ਇਹਦੇ ਲਈ ਸਰਕਾਰ ਦੇ ਅੱਗੇ ਉਹਨੇ ਗੁਹਾਰ ਲਗਾਈ ਤੇ ਆਪਣੀ ਮੰਗ ਰੱਖੀ ਜੇ 19 छुट्टी ले मिलनी चाहिए इनको दूसरा इनको मेडिकल नहीं दिया जाता कोई तो इंजरडी हो जाती है चोट आदि लग जाती है काम के ऊपर वो बेनिफिट इनको नहीं दिए जाते हैं इंसोरस पॉलिसी का बेनिफिट नहीं दिए जाता है ये काफी डिमांडे जो है इनकी जायज़ हैं और ये गवर्नमेंट ऑफ इंडिया से हम अपील करते हैं लेफ्टिनेंट गवर्नर जे एंड के जूटी से हम अपील करते हैं कि इनकी डिमांडें माँगी जाएं और ये पहले हमारे सत्यपाल मलिक जी गवर्नर थे उन्होंने माना था और चीफ इंजीनियर को लिखा था उन्होंने लेकिन चीफ इंजीनियर ने पता नहीं कौन सी हुक मार दी है बाकी मुलाजमों को जो इसको इम्प्लीमेंट नहीं करना कर, कर रहे हैं हम चाहते हैं कि ये डिमांडें इम्प्लीमेंट की जाएँ और इनको बेनिफिट दिया जाए मैं इतने कहता हूँ ਅਫਤੇ ਦੇ ਲੇਖਜੋਕੇ ਦੇ ਅੱਜ ਦੇ ਇਸ ਅੰਕ 'ਚ ਬਸ ਇੰਨਾ ਗਏ ਮੀ ਤੇ ਮੇਰੀ ਪੂਰੀ ਟੀਮ ਕੀ ਦਿਓ ਇਜਾਜ਼ਤ ਤੇ ਤੁਸੀਂ ਸੁਣਦੇ ਰਹੋ ਪੀਪੀ ਨਿਊਜ਼ ਲਾਈਨ ਨਮਸਕਾਰ ਮਜ਼ਬੂਤੀ ਕੀ ਪਹਿਚਾਨ ਏਸੀਸੀ ਸੀਮੈਂਟ ਮੈਸਰਸ ਵਿਸ਼ਨਦਾਸ ਜਸਵਾਲ ਐਂਡ ਸਨਸ ਅਥੋਰਾਈਜ਼ਡ ਸਟਾਕਿਸਟ ਏਸੀਸੀ ਸੀਮੈਂਟ 45 ਟ੍ਰਾਂਸਪੋਰਟ ਨਗਰ ਜੰਮੂ